patate, ojo, dudu, nakita ko mga patihan ako. ਕੋਹੇ ਦਾ ਨਹੀਂ ਪਤਾ ਸੀ ਭਾਈ ਇਹਨੂੰ ਇਹ ਕੋਹੇ ਨੂੰ ਕੁਝ ਹੋਰ ਹੀ ਕਹੀ ਜਾਂਦੀ ਸੀ ਹੁਣ ਮੈਂ ਕਹਿਣਾ ਨਹੀਂ ਚਾਹੁੰਦੀ ਤੂੰ ਸਮਝ ਗਿਆ ਸਮਝ ਗਿਆ ਨਾ ਮੈਂ ਕਹਿੰਦਾ ਨਾ ਪੁੱਤ ਮੈਂ ਕਹਿੰਦਾ ਲੋਕਾਂ ਨੂੰ ਪਛਾਣ ਚ ਨਹੀਂ ਹੋਣਾ ਵੀ ਐਡੀ ਪਛਾਣ ਚ ਨਹੀਂ ਹੋਣੀ ਮੈਂ ਕੀ ਇੰਨੀ ਸੋਹਣੀ ਕੁੜੀ ਪਿੰਡਾਂ 'ਚ ਦੇਖੋ ਕੰਮ ਕਰਨ ਲੱਗੀ ਤੁਸੀਂ ਕੰਮ ਕਰੀ ਜਾਂਦੇ ਟੋਕ ਕਰੇ ਵੀ ਮੈਂ ਕੰਮ ਕਰਦੀ ਕਰੇ ਉਹ ਕੰਮ ਨਹੀਂ ਨਾ ਕਰਦੇ ਆਉਂਦੇ ਹੁਣ ਕਿ ਹੁਣ ਜਦੋਂ ਐਡੇ ਐਡੇ ਟੱਬਰ ਆ ਉਹ ਤਾਂ ਕਈ ਵਾਰੀ ਇੱਕ ਕੇਲੇ ਨੂੰ ਵੀ ਕੱਟ ਕੇ ਵਿਚਾਲੇ ਉਹ ਛੋਟਾ ਛੋਟਾ ਪੀਸ ਮਿਲਣਾ ਇੱਕ ਐਪਲ ਕੱਟ ਕੇ ਚਾਰ ਪੀਸ ਹੋ ਜਾਣਾ ਇੱਕ ਇੱਕ ਫਾੜੀ 'ਚ ਬੜਾ ਦੇਣੀ ਮਾਮਾ ਨੇ ਵੀ ਕਾ ਲੋ ਬੜਾ ਕੁਝ ਸੁਣਨਾ ਪਿਆ ਬਹੁਤ ਕੁਝ ਪਰ ਅਸੀਂ ਚੁੱਪ ਚਾਪ ਮੇਰੇ ਪੇਰੈਂਟਸ ਨੇ ਮੇਰਾ ਸਾਥ ਦਿੱਤਾ ਵਕਤ ਨੇ ਵੀ ਜਵਾਬ ਦਿੱਤਾ ਉਹ ਬਸ ਪੇਰੈਂਟਸ ਨੇ ਸਾਥ ਦਿੱਤਾ ਆਪਾਂ ਚੁੱਪ ਚਾਪ ਆਪਣਾ ਕੰਮ ਕਰਦੇ ਰਹੇ ਪੰਜਾਬੀ ਟੇਸ਼ਨ ਨਾਲ ਤੁਸੀਂ ਜੁੜੇ ਹੋ ਅਤੇ ਮੈਂ ਜੱਸੀ ਬੜਾ ਚ ਪੰਜਾਬੀ ਸਿਨੇਮੇ 'ਚ ਬਹੁਤ ਕਮਾਲ ਦੀ ਅਤੇ ਬਹੁਤ ਪਿਆਰੀ ਫਿਲਮ ਆ ਰਹੀ ਹੈ ਜੀ ਬੂਹੇ ਵਾਰੀਆਂ ਟ੍ਰੇਲਰ ਵੇਖਣ ਤੋਂ ਬਾਅਦ ਸਾਰੇ ਨੇ ਬੂਹੇ ਵਾਰੀਆਂ ਖੋਲ੍ਹ ਲੈ ਕੇ ਜਲਦੀ ਅਸੀਂ ਸਿਨੇਮਿਆਂ ਨੂੰ ਜਾਈਏ ਅਤੇ ਫਿਲਮ ਵੇਖਣ ਜਾਈਏ ਫਿਲਮ ਦੇ ਬਹੁਤ ਖਾਸ ਅਦਾਕਾਰ ਸਾਡੇ ਨਾਲ ਮੌਜੂਦ ਨੇ ਮੈਂ ਮਰਪਿੰਦਰ ਰੂਪੀ ਜੀ ਅਤੇ ਰੁਬੀਨਾ ਬਾਜਵਾ ਜੀ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਟੇ ਸਤਿ ਸ਼੍ਰੀ ਅਕਾਲ ਬਹੁਤ ਸੋਹਣੇ ਲੱਗ ਰਹੇ ਹੋ ਦੋਵੇਂ ਹੀ ਜਾਣੇ ਥੈਂਕ ਯੂ ਭਾਈ ਤੂੰ ਵੀ ਬਹੁਤ ਸੋਹਣਾ ਲੱਗ ਰਿਹਾ ਹੈ ਹਾਂ ਲਾਈਨਾ ਵਾਲੀ ਸ਼ਰਟ ਕਿਆ ਬਾਤ ਹੈ ਮੈਂ ਕਹਿਣੀ ਲੱਗਾ ਸੀ ਮੈਂ ਲਾਈਨਾ ਦੀ ਸ਼ਰਟ ਪਾਈ ਆ ਪੂਰਾ ਹੀ ਬੋਲਦੇ ਨਾ ਡਾਇਲੌਗ ਵਿੱਚ ਓਹੋ ਸੋਹਣਿਓ ਲਾਈਨਾ ਵਾਲੀ ਸ਼ਰਟ ਅੱਜ ਤੱਕ ਮੁਕੀ ਸੀ ਅੱਜ ਦਾ ਪੱਕਾ ਮਰੂ ਕੋਈ ਅੱਜ ਦਾ ਪੱਕਾ ਮਰੂ ਕੋਈ ਮੇਰਾ ਮੁੱਲ ਮੁੜ ਗਿਆ ਅੱਛਾ ਮਾਤ ਜਦੋਂ ਸ਼ਰਟ ਪਾਈ ਅੱਜ ਉਹ ਹੋ ਗਈ ਹਾਂ ਸਫਲ ਹੋ ਗਈ ਅੱਜ ਜਦੋਂ ਦੇ ਇਹਨਾਂ ਨੇ ਨਾ ਡਾਇਲੌਗ ਬੋਲਿਆ ਮਾਰਕੀਟ 'ਚ ਲਾਈਨਾ ਦੀ ਸ਼ਰਟ ਮਿਲਦੀ ਹੈ ਨਹੀਂ खुशी की गल है ना तुम बहुत तरीके ना प्रमोट कर रहे हो स्टेज जाके नच रहे हो दिलों चाह नहीं है कि लग रहा है इना दिलों चाह पता क्यों है दिलों चाह यह है एक तो यह फिल्म है साड़ी औरत जात नू रिप्रजेंट करती है ना चाहे वह अनपढ़ है चाहे वह पढ़ी लिखी है चाहे वह टॉप क्लास ऑफिसर है चाहे वह लेबर करती है साड़ी भैन कोई है ना यह सारिया औरतों की गल करती फिल्म है वह औरतां जिन्हां ने अपने सुपने अंदर दबा के रखे से जिन्हां नू सुपने पूरे करन दा मौका नहीं लग्या इस साड़ी फिल्म उन्हां नू डेडिकेट भी करती है सो असीं इन्ने खुश हाँ क्योंकि पंजाबी सिनेमा नू एक होर बहुत अच्छा कंसैप्ट मिलने वाला है 15 तरीक नू है ना अब 14 नू दे देना आपां 14 नू दे देना ते मिलना है सो असीं इस गल की बहुत खुशी मना रहे हैं कि एक तो एक पंजाबी सिनेमा दे विच वधिया कंसैप्ट आ रहा है तो साडा जिहड़ा पंजाबी सिनेमा वो ग्रो दिनों दिन ग्रो कर रहा है हाइट ते जा रहा है सो असीं इहदी खुशी नच टप के मना रहे हैं थोड़ा बहुत रही है पता है बट ये गोहे कुछ होर ही कही जाती सी पर पहली बार मैं चक्या टोकरी तो मैं यू नो ऑब्वियसली चक्या होया मैं middle class girl but main oh oh jene jene tokri de vich oh sara kuch si patiyan se oh pehli baar main chakke si natural si ga patiyan na vajan sir te chakna natural natural ma'am ne mainu sikhaye si rupi ma'am ne actually and unhon ne mainu kya so te full vi si te heavy vi si ke ek innu tarya in dasve innu dar ke innu da vi sanu pata chalega era tokra ch ka tarya vi innu kive phadna hai kive turna hai dekho lagdi hai ode vich heavy rupi da ਲੋਕਾਂ ਨੂੰ ਪਛਾਣ ਚ ਨਹੀਂ ਹੋਣਾ ਵੀ ਐਡੀ ਪਛਾਣ ਚ ਨਹੀਂ ਹੋਣੀ ਮੈਂ ਕੀ ਇੰਨੀ ਸੋਹਣੀ ਕੁੜੀ ਪਿੰਡਾਂ 'ਚ ਦੇਖੋ ਕੰਮ ਕਰਨ ਲੱਗੀ ਤੁਸੀਂ ਕੰਮ ਕਰੀ ਜਾਂਦੇ ਟੋਕ ਕਰੇ ਵੀ ਮੈਂ ਕੰਮ ਕਰਦੀ ਕਰੇ ਉਹ ਕੰਮ ਨਹੀਂ ਨਾ ਕਰਦੇ ਰੁਬੀ ਨੇ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਤੁਹਾਡਾ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਸਪੈਸ਼ਲੀ ਕਿਉਂਕਿ ਇਹ ਕੈਰੈਕਟਰ ਬਹੁਤ ਹੀ ਮੇਰੇ ਵਾਸਤੇ ਸਪੈਸ਼ਲ ਆ ਕਿਉਂਕਿ ਡਿਫਰੈਂਟ ਆ ਡੀ ਗਲੈਮਰ ਤੇ ਮੈਨੂੰ ਮੌਕਾ ਮਿਲਿਆ ਟੂ ਐਕਸਪਲੋਰ ਮਾਈ ਐਕਟਿੰਗ ਐਂਡ ਅਬਵ ਉਸ ਤੋਂ ਕਿ ਜੋ ਮੇਰੇ ਕੋ ਆਰਟਿਸਟ ਨੇ ਸਾਰੇ ਜੋ ਫਿਲਮ ਦੇ ਹੀਰੋ ਨੇ ਸਾਰੇ ਇਹਨਾਂ ਦੇ ਨਾਲ ਮੈਨੂੰ ਲਾਈਕ ਡਿਫਰੈਂਟ ਕੈਰੈਕਟਰਸ ਅਸੀਂ ਸਾਰੇ ਨੇ ਐਕਸਪਲੋਰ ਕੀਤਾ ਇਕੱਠੇ ਸੋ ਦੈਟਸ ਵਾਈ ਇਟਸ ਸਪੈਸ਼ਲ ਅੱਛਾ ਮੈਂ ਨਾ ਦੋ ਯੁੱਗ ਬੈਠੇ ਤੁਹਾਡੇ ਕੋਲ ਤੁਸੀਂ ਉਹ ਸਮਾਂ ਜੋ ਹੰਡਾਇਆ ਇਹ ਉਹ ਸਮਾਂ ਜੋ ਇਹਨਾਂ ਤੇ ਚੱਲ ਰਿਹਾ
ਕੀ ਤੁਸੀਂ ਕੰਪੈਰੀਜ਼ਨ ਕੀ ਕਰਦੇ ਹੁੰਦੇ ਸੀ ਆਪਸ ਵਿੱਚ? ਤੁਸੀਂ ਤੁਹਾਨੂੰ ਕਹਿੰਦੇ ਤੁਸੀਂ ਬਹੁਤ ਲੱਕੀ ਹੋ, ਤੁਸੀਂ ਇਹ ਚੀਜ਼, ਤੁਸੀਂ ਤੁਹਾਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ, ਤੁਹਾਨੂੰ ਸ਼ਾਇਦ ਉਹ ਚੀਜ਼ਾਂ ਕਈ ਵਾਰੀ ਨਾ ਮਿਲੀਆਂ ਹੋਣ, ਸ਼ੇਅਰ ਕਰਦੇ ਹੁੰਦੇ ਸੀ ਇੱਦਾਂ ਦੀਆਂ ਗੱਲਾਂ ਕੁਛ? ਕਈ ਵਾਰੀ ਕਿ ਮਿਲੀਆਂ ਹੀ ਨਹੀਂ, ਹੈਨਾ, ਮਿਲੀਆਂ ਹੀ ਨਹੀਂ, ਈਵਨ ਕਿ ਖਾਣ ਪੀਣ ਦੀਆਂ ਚੀਜ਼ਾਂ 'ਚ ਵੀ ਜੋ ਉਹੀ ਗੱਲ ਹੈ ਵੀ ਘਰੇ ਫਰੂਟ ਵੀ ਉਦੋਂ ਆਉਣਾ ਜਦੋਂ ਕੋਈ ਲੈ ਕੇ ਆ ਰਿਹਾ ਜਾਂ ਕੋਈ ਰਿਸ਼ਤੇਦਾਰ ਆ ਗਿਆ, ਅਤੇ ਉਹ ਮੰਨ ਲਓ ਵੱਧ ਤੋਂ ਵੱਧ 4 ਐਪਲ ਹੁੰਦੇ ਸੀ ਲਿਫਾਫੇ 'ਚ, 6 ਕੇਲੇ 12 ਹੁੰਦੇ ਹੋਣਗੇ, ਹੁਣ ਜਦੋਂ ਐਡੇ ਐਡੇ ਟੱਬਰ ਹੈ ਉਹ ਤਾਂ ਕਈ ਵਾਰੀ ਇੱਕ ਕੇਲੇ ਨੂੰ ਵੀ ਕੱਟ ਕੇ ਵਿਚਾਲੇ ਛੋਟਾ ਛੋਟਾ ਪੀਸ ਮਿਲਣਾ, ਇੱਕ ਐਪਲ ਕੱਟ ਕੇ 4 ਪੀਸ ਹੋ ਜਾਣਾ, ਇੱਕ ਇੱਕ ਫਾੜੀ 'ਚ ਬੜਾ ਦੇਣੀ ਮਾਮਾ ਨੇ ਵੀ ਖਾ ਲਓ, ਮਤਲਬ ਉਦੋਂ ਇਕੱਲੀ ਇਕੱਲੀ ਚੀਜ਼ ਸਵਾਦ ਲੱਗਣੀ, ਅਤੇ ਹੁਣ ਮਠਿਆਈ ਆਉਣੀ ਅਤੇ ਉਦੋਂ ਉਹਦੀ ਮੁੱਕ ਜਾਣੀ ਮਾੜੀ ਮਾੜੀ ਮਿਲਣੀ, ਹੈ ਨਾ, ਅਤੇ ਖਾਣ ਨੂੰ ਚੀਜ਼ਾਂ ਕੁਛ, ਹੁਣ ਤਾਂ 100 ਚੀਜ਼ਾਂ ਨੇ, ਉਦੋਂ ਕੀ ਹੁੰਦਾ ਸੀ ਮਿੱਠੇ ਚੌਲ ਬਣਾ ਲਏ, ਸੇਵੀਆਂ ਬਣਾ ਲਈਆਂ, ਉਹ ਵੀ ਆਏ ਗਏ ਤੇ ਰੋਜ਼ ਤਾਂ ਉਹ ਵੀ ਨਹੀਂ ਸੀ ਘਰਾਂ 'ਚ ਬਣਦੀਆਂ, ਇਹੋ ਜਿਹਾ ਕੁਛ ਹੁੰਦਾ ਸਰਬਤ ਵੀ ਰਸਤੇਰਾਂ ਦੇ ਗਿਆਂ ਤੋਂ ਮਿਲਦਾ ਹੁੰਦਾ ਸੀ, ਗਿਆਂ ਤੋਂ ਬਣਦਾ ਸੀ, ਗਿਆਂ ਤੋਂ ਬਣਦਾ ਸੀ, ਹੈ ਨਾ, ਤੇ ਮਤਲਬ ਹੁਣ ਤਾਂ ਫਰਿੱਜ ਭਰੇ ਰਹਿੰਦੇ ਆ ਚੀਜ਼ਾਂ ਨੂੰ, ਅਸੀਂ ਕੱਢ ਕੇ ਸਿੱਟਦੇ ਹਾਂ ਹਫ਼ਤੇ ਬਾਅਦ, ਇੰਨੀਆਂ ਆਪਸ਼ਨਾਂ ਆ ਗਈਆਂ ਹੁਣ ਤਾਂ, ਹੈ ਨਾ, ਤੇ ਬਟ ਉਹ ਚੀਜ਼ਾਂ ਹੁਣ ਤਾਂ ਬੱਚੇ ਬਹੁਤ ਲੱਕੀ ਨੇ, ਇਹਨਾਂ ਨੂੰ ਹਰ ਚੀਜ਼ ਬਣੀ ਬਣਾਈ ਇਹਨਾਂ ਦੇ ਮੂਹਰੇ ਹੁੰਦੀ ਹੈ, ਕਹਿੰਦੇ ਪਿੱਛੋਂ ਆ ਪਹਿਲਾਂ ਆ ਜਾਂਦੀ ਹੈ, ਹੈ ਨਾ, ਇਹ ਤਾਂ ਬਹੁਤ ਲੱਕੀ ਨੇ, ਇਹਨਾਂ ਨੂੰ ਉਨੀ ਸਟਰਗਲ ਵੀ ਨਹੀਂ ਕਰਨੀ ਪਈ, ਸਾਡੀ ਤਾਂ ਮੈਨੂੰ ਲੱਗਦਾ 25-25-30-30 ਸਾਲਾਂ ਦੀ ਸਟਰਗਲ ਹੈ, ਤਾਂ ਅਸੀਂ ਮਾੜੇ ਮੋਟੇ ਦੇਖਣ ਲੱਗੇ ਹਾਂ, ਅਤੇ ਹੁਣ ਤਾਂ ਬੜੀ ਛੇਤੀ ਐਕਸਪੋਜ਼ਰ, ਜੇ ਤੁਹਾਡੇ 'ਚ ਟੈਲੈਂਟ ਹੈ ਤਾਂ ਤੁਹਾਨੂੰ ਬੜੀ ਛੇਤੀ ਐਕਸਪੋਜ਼ਰ ਮਿਲ ਜਾਂਦਾ, ਬਟ ਉਦੋਂ ਬਹੁਤ ਜ਼ਿਆਦਾ ਸਟਰਗਲ ਸੀਗਾ। ਤੁਸੀਂ ਤਾਂ ਨਹੀਂ ਇੱਦਾਂ ਦਾ ਕੁਛ ਹੰਡਾਇਆ ਜਿੱਦਾਂ ਫਿਲਮ ਦੇ ਵਿੱਚ ਸੀਗਾ, ਜਾਂ ਤੁਹਾਨੂੰ ਵੀ ਕੋਈ ਬਚਪਨ 'ਚ ਇੱਦਾਂ ਦੀ ਚੀਜ਼ ਲੱਗੀ ਵੀ ਯਾਰ ਉਦੋਂ ਨਹੀਂ ਸੀ ਮਿਲੀ, ਹੁਣ ਹੁਣ ਇਹ ਚੀਜ਼ ਸੌਖੀ ਹੋ ਗਈ? ਬਟ ਮੇਰੀ ਗੱਲ ਸੁਣ, ਇਸ ਫੀਲਡ 'ਚ ਆਉਣ ਤੋਂ ਪਹਿਲਾਂ ਵੀ, ਸੌਰੀ ਬਤ ਨੋ ਨੋ ਨੋ, ਮੈਂ ਜਿਹੜਾ ਐਕਚੁਅਲ ਜਵਾਬ ਦੇਣਾ ਸੀ ਜੋ ਤੁਸੀਂ ਪੁੱਛਿਆ, ਇਸ ਫੀਲਡ 'ਚ ਆਉਣ ਤੋਂ ਪਹਿਲਾਂ ਅਸੀਂ ਬੜਾ ਕੁਛ ਹੰਡਾਇਆ, ਕਿਉਂਕਿ ਬਹੁਤ ਸੁਣਨਾ ਪਿਆ ਲੋਕਾਂ ਤੋਂ, ਬੜਾ ਕੁਛ ਸੁਣਨਾ ਪਿਆ ਵੀ ਉਹ ਕਿਹੜੇ ਪੁੱਠੇ ਪਾਸੇ ਇਹਨਾਂ ਦੀ ਕੁੜੀ ਕੀ ਕਰਨ ਲੱਗ ਗਈ, ਲੋ ਡਰਾਮੇ ਕਰਦੀ ਹੈ, ਇਹ ਟੈਲੀਵਿਜ਼ਨ 'ਚ ਆਉਣ ਲੱਗ ਗਈ, ਸਾਡੇ ਜਵਾਕ ਹੀ ਵਿਗਾੜੂਗੀ, ਇਹਨੂੰ ਹਟਾਉਂਦੇ ਨਹੀਂ, ਇਹ ਕੰਜਰਾਂ ਵਾਲੇ ਕੰਮ ਕਰਨ ਲੱਗ ਗਈ, ਬੜਾ ਕੁਛ ਸੁਣਨਾ ਪਿਆ, ਬਹੁਤ ਕੁਛ, ਪਰ ਅਸੀਂ ਚੁੱਪ ਚਾਪ, ਮੇਰੇ ਪੇਰੈਂਟਸ ਨੇ ਮੇਰਾ ਸਾਥ ਦਿੱਤਾ, ਵਕਤ ਨੇ ਵੀ ਜਵਾਬ ਦਿੱਤਾ, ਉਹ ਬਸ ਪੇਰੈਂਟਸ ਨੇ ਸਾਥ ਦਿੱਤਾ, ਆਪਾਂ ਚੁੱਪ ਚਾਪ ਆਪਣਾ ਕੰਮ ਕਰਦੇ ਰਹੇ, ਔਰ ਉਹਨਾਂ ਲੋਕਾਂ ਨੇ ਬੜਾ ਪਿੱਛੇ ਸਿੱਟਿਆ, ਮੈਂ ਹਮੇਸ਼ਾ ਦੱਸਦੀ ਹੁੰਦੀ ਹਾਂ ਕਿ ਮੇਰੇ ਤਾਂ ਵਿਆਹ ਵੀ ਨਹੀਂ ਚਾਹੀਦਾ ਰਿਸ਼ਤੇਦਾਰ, ਵੀ ਹਾਂ ਵੀ ਇਹ ਕੁੜੀ ਕੀ ਕੰਮ ਕਰਦੀ ਹੈ, ਇਹ ਕਿਤੇ ਡਰਾਮੇ ਕਰਦੇ, ਫਿਲਮਾਂ 'ਚ ਕੰਮ ਕਰਨ ਲੱਗ ਗਈ, ਛੱਡੋ ਇਹਨੂੰ, ਮੈਨੂੰ ਤਿਆਗਤਾ, ਬਟ ਹੁਣ ਉਹੀ ਸਾਰੇ ਜਣੇ ਜਿਨ੍ਹਾਂ ਨੇ ਮੈਨੂੰ ਪਿੱਛੇ ਸਿੱਟਿਆ ਸੀ, ਵਕਤ ਨੇ ਜਵਾਬ ਦਿੱਤਾ, ਉਹ ਮੈਨੂੰ ਇੰਨਾ ਪਿਆਰ ਕਰਦਾ, ਹੁਣ ਉਹੀ ਕਹਿੰਦੇ ਵੀ ਸਾਨੂੰ ਮਿਲੋ, ਉਹ ਕਹਿੰਦੇ ਸਾਡੀ ਕੁੜੀ ਹੈ, ਹੁਣ ਸਿਫਾਰਸ਼ਾਂ ਵੀ ਪਾਉਂਦੇ ਨੇ ਵੀ ਫੋਟੋ, ਬੰਦਾ ਆ ਰਿਹਾ ਉਹਨਾਂ ਫੋਟੋ ਕਰਵਾ ਲਓ, ਸਾਡਾ ਬੱਚਾ ਆ ਰਿਹਾ, ਬਿਲਕੁਲ ਪਾਉਂਦੇ ਆ, ਹੁਣ ਕਹਿੰਦੇ ਬੱਚੇ ਕਹਿੰਦੇ ਸਾਡੀ ਭੂਆ ਇਹ, ਸਾਡੀ ਭੂਆ ਆਪਾਂ, ਤੂੰ ਕਦੋਂ ਆਏਗੀ, ਅਸੀਂ ਤੈਨੂੰ ਮਿਲਣਾ, ਤੂੰ ਕਦੋਂ ਮਿਲੇਗੀ, ਬਟ ਉਹੀ ਗੱਲ ਹੈ ਨਾ ਵੀ ਮੈਂ ਉਹਨਾਂ ਨੂੰ ਕਦੇ ਵੀ, ਮੈਂ ਕਹਿੰਦੀ ਉਦੋਂ ਵਕਤ ਹੀ ਇਹ ਜਿਹਾ ਸੀ, ਉਹਨਾਂ ਦਾ ਕੋਈ ਕਸੂਰ ਨਹੀਂ, ਉਹਨਾਂ ਦੀ ਸੋਚ ਹੀ ਇਹ ਸੀ, ਇਹੋ ਜਿਹੀ ਸੀ, ਵਕਤ ਹੀ ਇਹੋ ਜਿਹਾ ਸੀ, ਹੌਲੀ ਹੌਲੀ ਵਕਤ ਚੇਂਜ ਹੋਇਆ ਤਾਂ ਵਕਤ ਦੇ ਨਾਲ ਨਾਲ ਉਹ ਵੀ ਚੇਂਜ ਹੋ ਗਏ, ਹੈ ਨਾ, ਔਰ ਹੁਣ ਬਹੁਤ ਚੰਗਾ ਲੱਗਦਾ ਕਿ ਅਸੀਂ ਹਾਂ ਜਿਹੜੀ ਲਾਈਨ ਨੂੰ ਲੈ ਕੇ ਚੱਲੇ ਸੀ ਅਸੀਂ ਹੁਣ ਪਾ ਲਿਆ, ਤਾਂ ਬੜਾ ਚੰਗਾ ਲੱਗਦਾ ਬੇਟੇ। ਹਾਂਜੀ ਰਵਿੰਦਰ, ਤੁਸੀਂ ਇੱਦਾਂ ਦਾ ਕੋਈ ਐਕਸਪੀਰੀਅੰਸ ਤੁਹਾਨੂੰ ਲੱਗਿਆ ਵੀ ਤੁਹਾਡੇ ਨਾਲ ਵੀ ਚੀਜ਼ਾਂ ਹੋਈਆਂ ਜਾਂ ਬਚਪਨ 'ਚ ਉਹ ਚੀਜ਼ਾਂ ਨਹੀਂ ਮਿਲੀਆਂ ਹੁਣ ਤੁਹਾਨੂੰ ਮਹਿਸੂਸ ਹੋਇਆ ਹੋਵੇ? ਮੇਰੀ ਅਪਬ੍ਰਿੰਗਿੰਗ ਜੋ ਯੂ ਨੋ, ਮੇਰੇ ਪੇਰੈਂਟਸ ਇੰਡੀਆ ਦੇ ਬੋਰਨ ਸੀ ਨਾ, ਇੰਡੀਆ ਤੋਂ ਆਇਆ ਅਤੇ ਫਿਰ ਆਪਾਂ ਕੈਨੇਡਾ ਸ਼ਿਫਟ ਹੋ ਗਏ, ਅਸੀਂ ਸਾਰੇ ਉੱਥੇ ਬੋਰਨੇ ਸੀ। ਹਾਂ ਕਦੇ ਕਦੇ ਲਾਈਕ ਨਾ ਤਾਂ ਮਿਲ ਜਾਂਦਾ ਸੀ ਕਿ ਨੋ ਕਿ ਯੂ ਨੋ ਆ ਨਹੀਂ ਮਿਲੂਗਾ, ਉਹ ਨਹੀਂ ਮਿਲੂਗਾ, ਕਿਉਂਕਿ ਜਦੋਂ ਮੇਰੇ ਪੇਰੈਂਟਸ ਪਹਿਲਾਂ ਉੱਥੇ ਗਏ ਸੀ ਉਹਨਾਂ ਨੇ ਬਹੁਤ ਸਟਰਗਲ ਕੀਤੀ, ਸੋ ਇਟਸ ਨੋਟ ਕਿ ਸਾਨੂੰ ਜੋ ਵੀ ਅਸੀਂ ਕੁਛ ਮੰਗਦੇ ਹੁੰਦੇ ਸੀ ਮਿਲ ਜਾਂਦਾ ਸੀ, ਬਟ ਮੈਂ ਬਲੈਸਡ ਹਾਂ ਕਿ ਯੂ ਨੋ ਮੇਰੇ ਦੈਟ ਮਾਈ ਪੇਰੈਂਟਸ ਨੇ ਇੰਨਾ ਹਾਰਡ ਵਰਕ ਕੀਤਾ ਅਤੇ ਜੋ ਵੀ ਅਸੀਂ ਕੁਛ ਆਈ ਥਿੰਕ ਕਰਨਾ ਚਾਹੁੰਦੇ ਸੀ ਜਾਂ ਮੰਗਦੇ ਸੀ, ਪਰ ਆਪਾਂ ਇੰਨਾ ਕੁਛ ਵੀ ਨਹੀਂ ਮੰਗਿਆ, ਬੀ ਵੈਰੀ ਓਨੈਸਟ, ਸਾਨੂੰ ਤਾਂ ਆਪਾਂ ਕਹਿੰਦੇ ਹੁੰਦੇ ਸੀ ਕਿ ਫਿਲਮ ਲਾ ਦਿਉ, ਸਾਨੂੰ ਫਿਲਮਾਂ ਦਾ ਬਹੁਤ ਸ਼ੌਕ ਸੀ, ਐਂਡ ਟੋਇਜ਼ ਵਗੈਰਾ ਉਹ ਬੀ ਓਨੈਸਟ, ਅਸੀਂ ਇਹੋ ਜਿਹੇ ਜਵਾਕ ਵੀ ਨਹੀਂ ਸੀ ਕਿ ਸਾਨੂੰ ਇੰਨੀ ਜ਼ਿਆਦਾ ਟੋਇਜ਼ ਚਾਹੀਦੇ ਆ, ਜਾਂ ਆਪਾਂ ਬਹੁਤ ਸਿੰਪਲ ਜਿਹੀ ਫੈਮਿਲੀ ਆ, ਸੋ ਆਈ ਡੋਂਟ ਥਿੰਕ ਕਿ ਆਪਾਂ ਸਰਪ੍ਰਾਈਜ਼ ਇਹਨਾਂ ਤੱਕ ਕੀਤਾ। ਤੁਹਾਨੂੰ ਕਿਸ ਚੀਜ਼ ਲੈਣ ਲਈ ਜਿੱਦ ਕਰਨੀ ਪਈ ਆ? ਮੈਨੂੰ ਗੱਡੀ ਵਾਸਤੇ ਕੰਮ ਕਰਨਾ ਪਿਆ ਸੀ, ਕਿਉਂਕਿ ਜਦੋਂ ਦੀਦੀ ਦਾ ਲਾਇਸੈਂਸ ਆਇਆ ਸੀ ਡੈਡ ਨੇ ਉਹਨਾਂ ਦੇ ਵਾਸਤੇ ਬਹੁਤ ਹੀ ਵਧੀਆ ਜੀ ਗੱਡੀ ਲਈ ਸੀ, ਤੇ ਜਦੋਂ ਮੇਰਾ ਟਾਈਮ ਆਇਆ ਸੀ ਮੇਰੇ ਡੈਡ ਨੇ ਮੈਨੂੰ ਕਿਹਾ ਕਿ ਜਦੋਂ ਤੱਕ ਤੂੰ ਕੰਮ ਨਹੀਂ ਕਰਦੀ ਤੈਨੂੰ ਗੱਡੀ ਨਹੀਂ ਮਿਲੂਗੀ, ਸੋ ਮੈਂ ਕੰਮ ਕਰਕੇ ਫਿਰ ਮੇਰੇ ਡੈਡ ਨੇ ਗੱਡੀ ਖਰੀਦੀ ਤੇ ਫਿਰ ਮੈਂ ਪੇਮੈਂਟ ਦਿੰਦੀ ਸੀ ਆਪਦੇ ਡੈਡ ਨੂੰ, ਸੋ ਉਹ ਬਹੁਤ ਹੀ ਆਈ ਨਹੀਂ ਸੀ ਕਿ ਸਾਰਾ ਕੁਝ ਉਹ ਲੈ ਲਓ ਉਹ ਬਹੁਤ ਹੀ, ਜਦੋਂ ਵੀ ਆਪਾਂ ਗਰੋਸਰੀ ਸਟੋਰ ਵੀ ਜਾਂਦੇ ਸੀ ਜੇ ਆਪਾਂ ਕੁਛ ਰੱਖ ਵੀ ਦਿੰਦੇ ਸੀ ਬਗੀਚ
ਬਾਹਰ ਕੱਢ ਦਿੰਦੇ ਸੀ ਤੇ ਕਹਿੰਦੇ ਸੀ ਪ੍ਰਾਈਸ ਦੇਖੋ पर ये फिल्म ने साबित कर दिता भी नहीं हर करैक्टर दे इक दम आउंदा हर करैक्टर दी इक डिमांड हुंदी है लगे कि ये सिनेमे ने एक वखरा रूप दिता एक फिल्म ने नहीं बिल्कुल दिता जी तुसीं ये देखो मैं जदों पहला पहला करदी सी ना इस फील्ड च आई आ तां मैनूं जिहड़े करैक्टर हो गए जिहड़े इमोशनल करैक्टर मैनूं उही दित्ते जांदे सी है ना भी नहीं ते तेरा चेहरा सॉफ्ट है तेरे ते वो जचने नहीं नैगेटिव करैक्टर जचने नहीं या होर कोई लड़ाका जा जा कोई भी करैक्टर ला लो जचना नहीं भी तू पॉजिटिव करैक्टर जिहड़े साऊ जी माँ है ना साऊ जी भैन भाभी ताई चाची जो भी ला लो भी वो दिते मैं कहनी सी तुसीं मैं तो करा के तो देखो एक एक्टर है वो तो तुसीं जो मर्जी काम कराओ है ना बट फिर जदों नवे नवे कॉन्सैप्ट आए इस साढ़े पंजाबी सिनेमा नवे नवे कंसैप्ट आए नवे नवे एक्सपीरियंस होए तो अलग अलग रोल करन मिले तो मैं लगता भी हरेक रोल दे विच दर्शकों ने बहुत ज़्यादा प्यार दिता है ना किन्नियां पिछे जो फिल्म आई हैं और हर करैक्टर दर्शकों ने सलाया प्यार दिता सो मैं लगता जी ये फिल्म है ये फिल्म से काम करके तो मैं बहुत ही ज़्यादा प्राउड फील करती हूँ क्योंकि मैं पहला भी कहनी है कि फिल्म जी औरत जाति रिप्रजेंट करती है उन्होंने औरतों रिप्रजेंट करती है जिन्हें जोड़े सुपने अंदर ही दबे रह गए बेचारिया के सुपन पूरा करने पूरी जदोजहद भी करती है बट वो पूरे नहीं होते जाते फिर वो आपके दम से वो बूहे बारियां जो समाज ने बंद करती बारो जिंदे मारते कुंडे मारते मूहे कंधा खड़िया करती वो एकदम अंत नक के ढा के जो बाहर निकलदियाँ उन्होंने सुपन पूरा करने औरतों के करैक्टर निभाए ने असी सो इन्ना क चंगा लगता है ना मैं बहुत चंगा लगता मैं लगता असं उन्होंने औरतों के सुपने पूरे किए हैं इस फिल्म के जड़िया औरत दबिया कुटिया गई इस दुनिया तो चलिया गई जड़िया हले भी ये हालात हंडा रही ने असी उन्होंने औरतों के सुपने पूरे किए हैं और मैं स्पैशल अज मीडिया के जरिए उन्होंने औरतों को अपील कर दी उन्होंने धियां भैनों मावं अपील कर दी कि फिल्म जरूर देखो ये फिल्म उन्होंने स्ट्रोंग करूगी और जोड़े उन्होंने सुते हुए सुपने हैं उन्होंने जगाऊगी और उन्होंने हल्लाशेरी देगी कि उठो भैनों अपने सुपने पूरे करो हंबला मारो तुम भी हक रखते हो अपने सुपन पूरा कर और एन खुले समान से उडारियाँ भरन का बस मैं जरूर कहना चाहूंगी अपने भैन सो असं हम इजाजत लेना मैंने इशारे देखो कि जिदा कोई बहुत बड़ा गुनाह करता उन्होंने बंद कर दो हमेशा चंगा लगता है बहुत चंगा लगता है सानू बूहे वारियां दी दलों उड़ीक आ आपां तां 14 नूं वेख लांगे ते फिर असीं तुहानूं सुनेहा लादांगे तुसीं जल्दी फिल्म वेखो ते वड्डी गल चंगी गल होगी कि इस फिल्म वेखने ना अपने परिवार नूं लैके आओ अपनी बच्चियां नूं भैणां नाल आओ मातावां नाल आओ बेबियां नाल आओ उहनां नूं पता लगू असीं की कुछ हंडाया नहीं की कुछ हंडाया बिल्कुल जी बिल्कुल मैं अग्गे कहनी आ ना पता नहीं की कुछ आपके अंदर दबी बैठियां ने उहनां नूं भी लगू साडी गल होई है सो सारियां बीबियां भैणां नूं सारयां नूं मैं अपील करदी आ कि फिल्म देखण जरूर आओ 15 सितंबर बूहे बारियां थैंक यू।